ਵੀ ਜਿਹੜਾ ਨਾ ਦੁੱਖ ਹੈ ਇਹ ਦੁਖੀ ਨਹੀਂ ਕਰ ਸਕਦਾ ਜੇ ਅਸੀਂ ਇਹਨੂੰ ਆਪਣੇ ਨੇੜੇ ਆਉਣ ਨਾ ਦਈਏ। ਕਈ ਤੇ ਬੁਲਾਉਂਦੇ ਆ ਸੱਦਦੇ ਤੇ ਮੈਂ ਗੱਲ ਸ਼ੁਰੂ ਵਿੱਚ ਕੀਤੀ ਹੈ ਵੀ ਡਰ ਆਪ ਹੀ ਇੰਨਾ ਕਮਜ਼ੋਰ ਹੁੰਦਾ ਇਹਦੀਆਂ ਅੱਖਾਂ 'ਚ ਅੱਖਾਂ ਪਾਓ ਡਰ ਡਰ ਕੇ ਭੱਜ ਜਾਂਦਾ ਕੋਈ ਡਰ ਨਹੀਂ ਸਮਝ ਵੱਡੀ ਹੈ। ਨਿੱਕੇ ਹੁੰਦੇ ਸੀ ਮੜੀਆਂ ਕੋਲੋਂ ਲੰਘ ਸਕਦੇ ਸੀ ਨਿੱਕੇ ਨਿੱਕੇ ਸਾਰੇ ਹੀ ਨੋਟ ਕਰ ਲਓ ਵੀ ਚਾਹ ਲੈ ਕੇ ਜਾਣੀ ਹੈ ਰਾਤ ਨੂੰ ਕਿਤੇ ਲੰਘਣਾ ਕਿਤੇ ਕੋਈ ਕੰਮ ਪੈ ਜਾਏ ਤੇ ਰਾਹ ਵਿੱਚ ਪੈਂਦੀਆਂ ਮੜੀਆਂ ਤੇ ਬੱਚਾ ਜਿਹੜਾ ਆ ਮੜੀਆਂ ਤੋਂ ਡਰਦਾ ਸੀ ਭੂਤਾਂ ਤੋਂ ਡਰਦਾ ਸੀ ਪਰ ਜਦੋਂ ਵੱਡਾ ਹੋ ਜਾਂਦਾ ਫਿਰ ਮੁਕਾਬਲਾ ਕਰਨ ਵਾਲਾ ਹੋ ਜਾਂਦਾ ਉਹ ਡਰ ਸੀ ਜਿਹੜਾ ਜਦੋਂ ਹੀ ਅਕਲ ਆਈ ਸਮਝ ਆਈ ਤੇ ਭੱਜ ਗਿਆ ਪਹਿਲਾਂ ਡਰਦਾ ਕੀ ਗੱਲ ਏਦਾਂ ਹੋ ਗਿਆ ਕੀ ਪਰਵਾਹ ਹੈ ਡਰ ਹੈ। ਹੁਣ ਕੁੱਤਾ ਬਿੱਲਾ ਅੱਗੇ ਆ ਜਾਂਦਾ ਬੰਦਾ ਡੰਡਾ ਚੱਕਦਾ ਭਜਾ ਦਿੰਦਾ ਕਿੱਡਾ ਨਿੱਕਾ ਬੱਚਾ ਕਿੱਥੇ ਬੱਚਾ ਤੇ ਡਰਦਾ ਵੀ ਕੁੱਤਾ ਮੈਨੂੰ ਪਾੜ ਦੇਗਾ ਵੱਡੇਗਾ ਤੇ ਕਈ ਲੋਕਾਂ ਨੇ ਡਰ ਇਦਾਂ ਦੇ ਵੀ ਸ਼ੇਰ ਸਾਹਮਣੇ ਖੜ ਜਾਂਦੇ ਅੱਖ ਚੱਖ ਪਾ ਲੈਂਦੇ ਆ ਉਹਨੂੰ ਇਹ ਅਹਿਸਾਸ ਕਰਾਉਂਦੇ ਆ ਵੀ ਮੈਂ ਤੇਰੇ ਤੋਂ ਨਹੀਂ ਡਰਦਾ। ਸ਼ੇਰ ਸਾਹਮਣੇ ਖੜਨ ਵਾਲੇ ਬੰਦੇ ਉਹ ਹੈ ਜਿਹੜੇ ਅੱਖ ਨਹੀਂ ਝਮਕਦੇ ਐਂ ਖੜੇ ਰਹਿੰਦੇ ਤੇ ਸ਼ੇਰ ਨੂੰ ਪਤਾ ਲੱਗ ਜਾਂਦਾ ਵੀ ਬੰਦਾ ਡਰਦਾ ਨਹੀਂ ਫਿਰ ਸ਼ੇਰ ਡਰ ਜਾਂਦਾ ਇਹ ਨਹੀਂ ਡਰਦਾ। ਆਖਰਕਾਰ ਸ਼ੇਰ ਨੂੰ ਈਨ ਮੰਨਣੀ ਪੈਂਦੀ ਹੈ। ਹਾਥੀ ਨੂੰ ਤੁਸੀਂ ਵੇਖਿਓ ਹਾਥੀ ਐਂ ਆਉਂਦਾ ਭੱਜਿਆ ਇਹ ਰਿਐਲਿਟੀ ਹੈ ਕਿ ਬੰਦੇ ਐਂ ਖੜ ਜਾਂਦੇ ਜਿਹੜੇ ਜਾਣਕਾਰ ਜਦੋਂ ਐਂ ਖੜਦੇ ਆ ਹਾਥੀ ਕਿੱਡਾ ਪਰ ਡਰ ਜਾਂਦਾ ਹਾਥੀ ਉਹਦੀ ਅੱਖ ਚੱਕ ਪਾਉਣੀ ਪੈਂਦੀ ਹੈ। ਉਹ ਇੱਕ ਤਰੀਕਾ ਹੈ ਉਹ ਇੱਕ ਢੰਗ ਹੈ ਇੱਕ ਬਿਲਕੁਲ ਨਿਡਰ ਹੋ ਕੇ ਪੂਰਾ ਕੰਸੈਂਟ੍ਰੇਟ ਕਰਕੇ ਇਕਾਗਰਤਾ ਨਾਲ ਖੜਨਾ ਪੈਂਦਾ ਫਿਰ ਭੱਜ ਜਾਂਦਾ ਫਿਰ ਨਹੀਂ ਖੜਦਾ। ਇਹ ਜਿਹੜੇ ਦੁੱਖ ਹੈ ਨਾ ਇਹ ਐਂ ਹਾਥੀਆਂ ਵਾਂਗੂ ਕੁੱਤਿਆਂ ਵਾਂਗੂ ਡਰ ਜਿਵੇਂ ਆਉਂਦੇ ਆ ਭੱਜ ਕੇ ਇੱਕ ਵਾਰੀ ਤੇ ਪਰ ਜੇ ਬੰਦਾ ਖੜ ਜੇ ਤੁਸੀਂ ਕੁੱਤੇ ਨੂੰ ਵੀ ਵੇਖਿਓ ਆ ਇੱਥੇ ਨਿੱਕੇ ਨਿੱਕੇ ਮੁਰਗੇ ਜੇ ਨੇ ਜੇ ਤੇ ਖੜ ਜਾਓ ਫਿਰ ਆ ਭੱਜ ਜਾਂਦਾ ਜੇ ਤੁਸੀਂ ਡਰ ਜਾਓ ਤੁਹਾਡੇ ਮਗਰ ਪੈ ਜਾਂਦਾ ਸਾਰਾ ਮਾਕ ਕਮਾਊ ਫਿਰ। ਉਹ ਜਿਹੜਾ ਵੱਡੇ ਵੱਡੇ ਖੰਭਾਂ ਵਾਲਾ ਕੀ ਕਹਿੰਦੇ ਨੇ ਉਹਨੂੰ ਤਰੱਕੀ ਉਹ ਤੁਸੀਂ ਵੇਖਿਓ ਜੇ ਜੇ ਤੇ ਤੁਸੀਂ ਡਰ ਗਏ ਤੁਹਾਡੇ ਮਗਰ ਪੈ ਜਾਓ ਐ ਖੜ ਜਾਓ ਕੀ ਬਈ ਤੇ ਵੇਖਿਓ ਫਿਰ ਤੁਹਾਡੇ ਤੋਂ ਡਰ ਜਾਂਦਾ। ਆ ਬਤਕਾਂ ਜਿਹੜੀਆਂ ਉਹ ਜਿਹੜਾ ਘਰ ਵਾਲਾ ਉਹਦਾ ਉਹਦੇ ਸਾਹਮਣੇ ਜਾਇਓ ਮਾੜਾ ਜਿਹਾ ਮਗਰ ਪੈਂਦਾ ਪਰ ਤੁਸੀਂ ਐ ਖੜ ਜਾਓ ਉਹ ਭੱਜ ਜਾਂਦਾ ਫਿਰ ਉਹਨੂੰ ਪਤਾ ਲੱਗ ਜਾਂਦਾ ਵੀ ਹੁਣ ਖੜ ਗਿਆ ਇਹਨੇ ਡਰਨਾ ਨਹੀਂ। ਇਹ ਜਿਹੜਾ ਦੁੱਖ ਹੈ ਅਸਲ ਚ ਨਾ ਇਹ ਦੁੱਖ ਦੇ ਸਾਹਮਣੇ ਜਦੋਂ ਬੰਦਾ ਖੜ ਜਾਂਦਾ ਫਿਰ ਨਹੀਂ ਕੁਛ ਕਰ ਸਕਦਾ ਹੁੰਦਾ। ਹੁਣ ਅਸੀਂ ਕਹਿੰਦੇ ਹਾਂ ਕਿ ਸਾਨੂੰ ਪ੍ਰੋਬਲਮ ਹੈ ਦੁੱਖ ਹੈ ਤਕਲੀਫ ਹੈ ਹਰ ਇੱਕ ਨੂੰ ਹੀ ਹੈ ਆਪਣੇ ਵੀ ਹੁਣ ਕਈ ਆਪਾਂ ਵੇਖਦੇ ਹੀ ਹਾਂ ਸਾਰਿਆਂ ਬੰਦਿਆਂ ਨੂੰ ਕੁਛ ਨਾ ਕੁਛ ਕਿੱਥੇ ਯਾਰ ਆਪਾਂ ਅਗਲਾ ਕਹਿੰਦਾ ਚਿੱਟੇ ਕੱਪੜੇ ਪਾਓ ਚੱਲੀਏ ਜੀ ਐਨ ਟੌਰ ਨਾਲ ਮਈ ਦਾ ਮਹੀਨਾ ਤੇ ਦੀਵਾਨ ਸਾਰੇ ਹੀ ਗੱਲ ਤੇ ਆਪਾਂ ਆਪਾਂ ਕਿੱਥੇ ਇੱਦਾਂ ਵਿਹਲੇ ਬਹਿਣ ਵਾਲੇ। ਹੁਣ ਅਗਲਾ ਕਹਿੰਦਾ 50,000 ਬੰਦੇ 'ਚ ਇਕੱਠੇ ਹੋ ਕੇ ਖੜ ਕੇ ਗੱਲ ਕਰਨੀ ਤੇ ਆਪਾਂ ਹੀ ਆ ਇੱਥੇ 10-20 ਜਣੇ ਬੈਠੇ ਹਾਂ ਗੱਲ ਕਰਦੇ। ਪਰ ਜੇ ਅੱਜ ਕੋਈ ਕੰਮ 'ਚ ਲੱਗਿਆ ਕੋਈ ਲੰਗਰ ਪਕਾਉਣ 'ਚ ਲੱਗਣਾ ਪੈ ਗਿਆ ਕਿਸੇ ਨੂੰ ਸਬਜ਼ੀ ਕੱਟਣ 'ਚ ਲੱਗਣਾ ਪੈ ਗਿਆ ਕਿਸੇ ਨੂੰ ਲੋਹ 'ਤੇ ਲੱਗਣਾ ਪੈ ਗਿਆ ਕਿਸੇ ਨੂੰ ਲੱਕੜ 'ਤੇ ਲੱਗਣਾ ਲੱਕੜਾਂ ਕੱਟਣੀਆਂ ਪੈ ਗਈਆਂ ਕਿਸੇ ਨੂੰ ਕੋਈ ਕੰਮ ਕਰਨਾ ਪੈ ਗਿਆ ਇਹ ਹਾਲਾਤ ਨੇ ਇਹਨਾਂ ਨਾਲ ਨਜਿੱਠਣਾ ਪੈਣਾ ਕਾਲੇ ਨਹੀਂ ਪੈ ਸਕਦੇ ਤੇ ਮੈਨੂੰ ਵੀ ਨਜਿੱਠਣਾ ਪੈਣਾ ਵੀ 20 'ਚ ਦੀਵਾਨ ਲਾਣਾ 20,000 'ਚ ਹੁਣ ਨਹੀਂ ਲਾ ਸਕਦੇ। ਹਰ ਇੱਕ 'ਤੇ ਪ੍ਰੋਬਲਮ ਆਉਂਦੀ ਹੁਣ ਇਹ ਮਨ ਕਰਦਾ ਨਹੀਂ ਭਲਾ ਵੀ ਆਪਣਾ ਮਨ ਨਹੀਂ ਕਰਦਾ ਵੀ ਆਪਾਂ ਵੀ ਯਾਰ ਸਾਰੀ ਜ਼ਿੰਦਗੀ ਬੁੱਢੇ ਹੋਣ ਤੱਕ ਕਰੋ ਦੱਬੀ ਚੱਲੋ ਜਿੰਨਾ ਚਿਰ ਜਾ ਸਕਦੇ ਆ ਜੇ ਘੱਟ ਤੋਂ ਘੱਟ ਜੇ ਮੈਂ ਉਦਾਂ ਮੰਨ ਕੇ ਚੱਲੀਏ ਚਲੋ ਪਤਾ ਤੇ ਬੰਦੇ ਦਾ ਕੱਲ੍ਹ ਦਾ ਨਹੀਂ ਹੁੰਦਾ ਪਰ ਅਜੇ ਤਾਂ ਯਾਰ ਹੈ ਹੀ ਅਜੇ ਆਪਾਂ 37 ਸਾਲ ਦਾ ਬੰਦਾ 50-57-60 ਸਾਲ ਤੱਕ ਤੇ ਵੈਸੇ ਹੀ ਤੁਰੇ ਫਿਰਦੇ ਪਰ ਮੰਨ ਲਓ ਪਰ ਪਰੇਸ਼ਾਨੀ ਹੈ ਨਾ ਸਾਰਿਆਂ ਦੀ ਕਿਸੇ ਲਈ ਛੋਟੀ ਕਿਸੇ ਲਈ ਵੱਡੀ ਕਿਸੇ ਲਈ ਉਦੋਂ ਵੱਡੀ ਪਰ ਫੇਸ ਕਰਨਾ ਪੈਣਾ ਕਾਲੇ ਪੈ ਕੇ ਗੁਜ਼ਾਰਾ ਨਹੀਂ ਹੋਣਾ। ਪਰੇਸ਼ਾਨ ਅਗਲਾ ਕਰਨਾ ਚਾਹੁੰਦਾ ਪਰ ਹੋਣਾ ਕਿਉਂ ਹੈ ਪਰੇਸ਼ਾਨ ਦੁਖੀ ਕਿਉਂ ਹੋਣਾ। ਸਿਚੁਏਸ਼ਨ ਹਾਲਾਤ ਸਾਰਿਆਂ ਦੇ ਆਉਣੇ ਆ ਪਰ ਤੁਹਾਨੂੰ ਉਹਦੇ ਅੱਗੇ ਖੜਨਾ ਪੈਣਾ। ਅਗਲੇ ਨੇ ਮਾਰਿਆ ਪੱਥਰ ਤੁਹਾਡੇ ਤੱਕ ਆਉਂਦਾ ਆਉਂਦਾ ਉਹ ਪੱਥਰ ਫੁੱਲ ਬਣ ਜਾਣਾ ਚਾਹੀਦਾ
ਤੁਹਾਡੀ ਸਮਝ ਇਦਾਂ ਦੀ ਹੋਵੇ ਤੇ ਜੇ ਨਾਨ ਮਾਈਂਡ ਡਿਵੈਲਪ ਕਰ ਸਕੇ ਤੇ ਉਹਨੇ ਐਡੀ ਕਰੋੜੀ ਮਾਰਨੀ ਹੈ ਅਸੀਂ ਆਪਣੇ ਦਿਮਾਗ ਨਾਲ ਹੀ ਉਹਨੂੰ ਐਡਾ ਪੱਥਰ ਬਣਾ ਕੇ ਆਪਣੇ ਸਿਰ 'ਚ ਆਪ ਹੀ ਮਾਰ ਲੈਣਾ ਅਗਲੇ ਨੇ ਰੋੜੀ ਮਾਰਨੀ ਹੈ ਅਸੀਂ ਉਹਨੂੰ ਰੋੜੀ ਨੂੰ ਐਡਾ ਪੱਥਰ ਇੱਟ ਨੂੰ ਐਡਾ ਪੱਥਰ ਆਪ ਹੀ ਬਣਾ ਲੈਣਾ ਤੇ ਪੱਥਰ ਬਣਾ ਕੇ ਆਪਣਾ ਸਿਰ ਅੱਗੇ ਕਰ ਦੇਣਾ ਵੀ ਵੱਜ ਜਾ ਹੁਣ ਪਾੜ ਜਾਣਾ ਸਾਰਾ ਸਿਰ ਤੇ ਜੇ ਸਮਝ ਹੈ ਅਗਲੇ ਨੇ ਮਾਰਿਆ ਰੋੜਾ ਤੇ ਜੇ ਸਮਝ ਹੋਈ ਨਾ ਉਹਨੂੰ ਆਪਣੇ ਤੱਕ ਪਹੁੰਚਣ ਤੋਂ ਪਹਿਲਾਂ ਪਹਿਲਾਂ ਫੁੱਲ ਬਣਾ ਲੈਣੇ ਨੇ ਦਿਮਾਗ ਨਹੀਂ ਕੀ ਹੋ ਗਿਆ ਇਹ ਸਹੀ ਗੱਲ ਹੈ ਆਪਣਾ ਰਿਮੋਟ ਆਪਣੇ ਹੱਥ ਹੈ ਸਾਡੀ ਜ਼ਿੰਦਗੀ ਸਾਡੀ ਮੁੱਠੀ 'ਚ ਹੈ ਜੰਮਿਆਂ ਥੋੜ੍ਹਾ ਕੋਈ ਸਾਨੂੰ ਦੁਖੀ ਕਰ ਸਕੇ ਜ਼ਿੰਦਗੀ ਹੈ ਹੀ ਇਹ ਹੈ ਤਕਲੀਫ ਪਰੇਸ਼ਾਨੀਆਂ ਸਭ ਚ ਹੁੰਦੀਆਂ ਮੈਂ ਪਰਸੋਂ ਨਾ ਬੈਠਾ ਸੁਣਦਾ ਸੀ ਉਹ ਬਾਬੇ ਦਾ ਮੁੰਡਾ ਕਿਹਦਾ ਮੈਂ ਭਲਾ ਨਾਂ ਲੈ ਰਿਹਾ ਆਪੇ ਪਤਾ ਲੱਗ ਗਿਆ ਨਾਂ ਲੈਣ ਦੀ ਲੋੜ ਨਹੀਂ ਤੇ ਇੱਕ ਉਹ ਜਿਹੜਾ ਜਿੰਦ ਬਡਾਲੀ ਉਹਦੀ ਇੱਕ ਵੀਡੀਓ ਨਹੀਂ ਸੀ ਉਹ ਆਪਣੇ ਵਾਲੇ ਚੈਨਲ ਦੇ ਉੱਤੇ ਵੀ ਸ਼ੇਅਰ ਹੋਈ ਸੀ ਵੀ ਸੁਣੋ ਪਾਸ਼ਾ ਉਹ ਕਹਿੰਦਾ ਇਹ ਟੱਡਰੀਆਂ ਵਾਲਾ ਦੀਵਾਨ ਵੀ ਗਏ ਆ ਗਿਆ ਲੈ ਦੱਸ ਕੀ ਖੱਟਿਆ ਇਹਨੇ ਪੰਗਾ ਲੈ ਕੇ ਇਹ ਕਮਲਿਆਂ ਨੂੰ ਇਹ ਨਹੀਂ ਇਹ ਇਹਨੂੰ ਸਮਝਦੇ ਨੇ ਵੀ ਇਹ ਇਹ ਬੜੀ ਵੱਡੀ ਚੀਜ਼ ਹੈ ਵੀ ਦੁਖੀ ਕਰਤਾ ਸਾਨੂੰ ਇਹੋ ਜਿਹੇ ਬੰਦੇ ਕੀ ਕਹਿੰਦੇ ਹੋਣਗੇ ਵੀ ਆਨੰਦਪੁਰ ਸਾਹਿਬ ਛੱਡਤਾ ਲੈ ਮਹਾਰਾਜ ਸੱਚੇ ਪਾਤਸ਼ਾਹ ਵੇਖੋ ਤੇ ਸਹੀ ਕੀ ਰਹਿ ਗਿਆ ਨਾ ਆਨੰਦਪੁਰ ਰਿਹਾ ਨਾ ਬੱਚੇ ਰਹੇ ਨਾ ਪਿਤਾ ਰਿਹਾ ਲੋਕਾਂ ਦੇ ਹਿਸਾਬ ਨਾਲ ਕੀ ਹੈ ਵੀ ਬੜੇ ਦੁਖੀ ਹੈ ਪਰ ਪੁੱਛੋ ਵੀ ਉਹ ਦੁਖੀ ਸੀਗੇ ਉਹ ਕਹਿੰਦੇ ਇਹਨਾਂ ਚੀਜ਼ਾਂ ਨਾਲ ਤੇ ਮੈਂ ਜੁੜਿਆ ਹੀ ਨਹੀਂ ਹੋਰ ਚਲੇ ਜਾਣ ਭਾਵੇਂ ਜਾਓ ਲੈ ਜਾਓ ਜਿਹੜਾ ਬਾਕੀ ਬਚਿਆ ਉਹ ਵੀ ਲੈ ਜਾਓ ਇਹਦੇ ਨਾਲ ਤੇ ਅਸੀਂ ਜੁੜੇ ਹੀ ਨਹੀਂ ਤੁਹਾਨੂੰ ਕੀ ਲੱਗਦਾ ਇਹ ਪ੍ਰਾਪਤੀ ਹੈ ਦੁਖੀ ਕਰ ਲਏਗਾ ਗਲਾ ਸਾਡਾ ਰਿਮੋਟ ਸਾਡੇ ਹੱਥ ਹੈ ਇਹ ਚੀਜ਼ਾਂ ਨੇ ਇਹ ਚੀਜ਼ਾਂ ਤੇ ਸਾਨੂੰ ਸਟਰੋਂਗ ਕਰਦੀਆਂ ਤਕੜਾ ਕਰਦੀਆਂ ਜਿਹੜਾ ਕੁਝ ਅਸੀਂ ਦੀਵਾਨ ਲਾ ਕੇ ਨਹੀਂ ਸਿੱਖ ਸਕੇ ਦੀਵਾਨ ਨਾ ਲਾ ਕੇ ਵੀ ਅਸੀਂ ਸਿੱਖ ਲੈਣਾ ਉਹ ਵੀ ਇੱਕ ਤਜਰਬਾ ਸੀ ਤੇ ਇਹ ਵੀ ਇੱਕ ਉਹ ਵੀ ਇੱਕ ਐਕਸਪੀਰੀਅੰਸ ਸੀ ਆਹ ਵੀ ਇੱਕ ਐਕਸਪੀਰੀਅੰਸ ਕੰਮ ਕਰਨ ਦਾ ਆਪਣਾ ਐਕਸਪੀਰੀਅੰਸ ਹੁੰਦਾ ਵਿਹਲਾ ਰਹਿੰਦਾ ਬੰਦਾ ਕਹਿੰਦਾ ਇਹ ਕਿੱਦਾਂ ਦੀ ਜ਼ਿੰਦਗੀ ਹੈ ਵੀ ਵੇਖ ਲਈ ਆਪਣੇ ਆਪਣੇ ਹਰ ਜ਼ਿੰਦਗੀ 'ਚ ਸਾਰੇ ਤਰ੍ਹਾਂ ਦੇ ਤਜਰਬੇ ਬੰਦਾ ਕਰ ਕਰਕੇ ਵੇਖਦਾ ਬਾਕੀ ਨਾ ਮੈਂ ਅੱਜ ਦਿਨੇ ਵੀ ਗੱਲ ਕਰਦਾ ਸੀ ਤੁਸੀਂ ਨਾ ਆਪਣੀ ਜ਼ਿੰਦਗੀ ਦੇ ਡਾਇਰੈਕਟਰ ਬਣੋ ਇੱਕ ਐਕਟਰ ਹੁੰਦਾ ਹੈ ਇੱਕ ਡਾਇਰੈਕਟਰ ਹੁੰਦਾ ਹੈ ਐਕਟਰ ਐਕਟਿੰਗ ਕਰਦਾ ਹੈ ਤੇ ਡਾਇਰੈਕਟਰ ਉਹ ਹੁੰਦੇ ਨੇ ਜਿਹੜੇ ਫਿਲਮ ਬਣਾਉਂਦੇ ਹੈ ਜਿਹੜੇ ਐਕਟਰਾਂ ਤੋਂ ਐਕਟਿੰਗ ਕਰਵਾਉਂਦੇ ਹੈ ਸਾਡੇ ਵਾਲੇ ਜਿਹੜੇ ਪੰਜਾਬੀ ਬਹੁਤੇ ਲੋਕ ਹੈ ਉਹ ਐਕਟਰ ਨੂੰ ਵੇਖ ਕੇ ਫਿਲਮ ਵੇਖਦੇ ਆ ਤੇ ਜਿਹੜੇ ਪੜ੍ਹੇ ਲਿਖੇ ਲੋਕ ਹੈ ਉਹ ਡਾਇਰੈਕਟਰ ਨੂੰ ਵੇਖ ਕੇ ਫਿਲਮ ਵੇਖਦੇ ਆ ਵੀ ਡਾਇਰੈਕਟਰ ਨੇ ਇਹਨੇ ਬਣਾਈ ਹੈ ਨਾ ਇਹਨੇ ਡੰਗਰ ਜੇ ਕਲਾਤਕਾਰ ਤੋਂ ਵੀ ਫਿੱਟ ਕਰਕੇ ਇਹ ਕੰਮ ਲੈ ਲਿਆ ਹੋਣਾ ਡੰਗਰ ਜਿਹਾ ਹੈ ਕਲਾਕਾਰ ਪਰ ਇਹਨੇ ਉਹਦੇ ਤੋਂ ਵੀ ਰੋਲ ਇੰਨਾ ਵਧੀਆ ਕਰਾ ਦੇਣਾ ਵੀ ਉਹ ਵੀ ਐਂ ਲੱਗੂ ਵੀ ਕਿਆ ਬਾਤ ਹੈ ਪਿੱਛੇ ਜੇ ਮੈਂ ਇੱਕ ਮੂਵੀ ਵੇਖੀ ਸੀ ਉਹ ਉਹਦੇ 'ਚ ਐਕਟਰ ਕੋਈ ਨਹੀਂ ਸ਼ੇਰ ਵਗੈਰਾ ਉਹਦਾ ਨਾਂ ਸੀ ਮੇਰੇ ਖਿਆਲ ਸ਼ੇਰ ਦੇ ਨਾਂ 'ਤੇ ਸੀ ਕੋਈ ਨਾਮ ਉਹਦਾ ਇੰਗਲਿਸ਼ ਵਿੱਚ ਹਾਂ ਰਾਜਾ ਸ਼ੇਰ ਰਾਜਾ ਕੁਛ ਇੱਦਾਂ ਚਲੋ ਮੈਂ ਹੈਰਾਨ ਇਹ ਹੋ ਗਿਆ ਸੁਣੋ ਉਹਦੇ ਵਿੱਚ ਆਵਾਜ਼ ਬੰਦਿਆਂ ਦੀ ਹੈ ਤੇ ਜਦੋਂ ਬੰਦੇ ਨਾ ਜਾਚ ਹੈ ਜਿਨ੍ਹਾਂ ਨੂੰ ਉਹ ਤੇ ਉਹਨਾਂ ਤੋਂ ਵੀ ਐਕਟਿੰਗ ਕਰਾ ਲੈਂਦੇ ਆ ਸ਼ੇਰ ਵੀ ਐਕਟਿੰਗ ਕਰ ਰਿਹਾ ਕੁੱਤਿਆਂ ਤੋਂ ਵੀ ਐਕਟਿੰਗ ਕਰਾ ਲੈਂਦੇ ਆ ਕਿਉਂਕਿ ਡਾਇਰੈਕਟਰ ਚੰਗਾ ਜਿਹੜਾ ਨਹੀਂ ਵੀ ਯੋਗ ਉਹਦੇ ਤੋਂ ਵੀ ਐਕਟਿੰਗ ਕਰਾ ਲੈਂਦੇ ਆ ਕਈ ਬੰਦੇ ਨਾ ਤੁਸੀਂ ਵੇਖਿਓ ਬੜੇ ਸ਼ੋਅ ਚੱਲਦੇ ਆ ਕਪਿਲ ਸ਼ਰਮਾ ਦਾ ਸ਼ੋਅ ਆਉਂਦਾ ਹੁੰਦਾ ਸੀ ਹੱਸਦੇ ਆ ਉਹ ਕਮੇਡੀ ਹੈ ਉਹਦੇ ਵਿੱਚੋਂ ਕਈ ਚਲੇ ਜਾਂਦੇ ਆ ਤੇ ਜਾ ਕੇ ਉਹ ਦੁਬਾਰਾ ਜਦੋਂ ਕਿਤੇ ਸੈੱਟ ਹੁੰਦੇ ਆ ਹੋ ਹੀ ਨਹੀਂ ਸਕਦੇ ਕਿਉਂਕਿ ਡਾਇਰੈਕਟਰ ਹੈ ਜਿਹੜਾ ਨਾ ਉਹ ਤੋਂ ਕੰਮ ਲੈ ਲੈਂਦਾ ਦੂਜੇ ਥਾਂ ਤੇ ਉਹ ਨਹੀਂ ਕਰ ਸਕਦਾ ਉਹਨੂੰ ਪਤਾ ਵੀ ਆਹ ਕੰਮ ਐ ਲੈਣਾ ਵਾ ਉਹ ਡਾਇਰੈਕਟਰ ਉਹ ਤੋਂ ਰੋਲ ਕਰਾਉਂਦਾ ਹੈ ਵੀ ਐ ਕਰ ਇੱਥੇ ਆਹ ਪੰਚ ਮਾਰ ਸਮਝਦੇ ਹੋ ਗੱਲ ਹੁਣ ਸੁਣੋ ਐਕਟਰ ਦੁਨੀਆ ਵਿੱਚ ਬਹੁਤ ਹੈ ਪਰ ਡਾਇਰੈਕਟਰ ਨਹੀਂ ਸਿੱਖ ਕੌਮ ਦੇ ਵਿੱਚ ਐਕਟ
ਐਕਟਿੰਗ ਕਰਨ ਵਾਲੇ ਮਤਲਬ ਰੋਲ ਪਲੇ ਕਰਨ ਵਾਲੇ ਤੇ ਬਹੁਤ ਹੈ ਪੜ੍ਹੇ ਲਿਖੇ ਵੀ ਕੁਰਬਾਨੀਆਂ ਵਾਲੇ ਵੀ ਜਜ਼ਬੇ ਵਾਲੇ ਵੀ ਸੇਵਾ ਵਾਲੇ ਵੀ ਦਾਨੀ ਵੀ ਪਰ ਇਹਨਾਂ ਤੇ ਡਾਇਰੈਕਟਰ ਕੋਈ ਨਹੀਂ ਉੱਤੇ ਜਿਹੜਾ ਕਹਿ ਸਕੇ ਵੀ ਇਹਦੇ ਤੋਂ ਆਹ ਕੰਮ ਲੈਣਾ ਇਹ ਤੋਂ ਆਹ ਲੈਣਾ ਇਹ ਤੋਂ ਆਹ ਲੈਣਾ ਇਹ ਤੋਂ ਆਹ ਲੈਣਾ ਜਿੱਧਰ ਨੂੰ ਪੈਂਦੇ ਨੇ ਆਪੋ ਤਾਪੀਆਂ ਜੇ ਐਕਟਰ ਇਕੱਠੇ ਹੋ ਕੇ ਆਪ ਹੀ ਫਿਲਮ ਬਣਾਉਣ ਫਿਰ ਤੇ ਬਣ ਗਈ ਉਹ ਤੇ ਉਹ ਬਣਵਾਉਂਦਾ ਵੀ ਐ ਕਰ ਆਪਾਂ ਇੱਥੇ ਬੈਠੇ ਹਾਂ ਨਾ ਆਹ ਪੜ੍ਹ ਆਹ ਵਜਾ ਉਹ ਪੜ੍ਹ ਦੀਵਾਨ ਬਣ ਗਿਆ ਖੁੱਲੇ ਛੱਡ ਦਿਓ ਵੀ ਗਾਈ ਚੱਲੋ ਵੇਖਿਓ ਫਿਰ ਇੱਕ ਇੱਧਰ ਲੱਭੂ ਨੇ ਚੱਕ ਲੈਣਾ ਇੱਕ ਉਹ ਪਰਲਾ ਬੋਲੂ ਫਿਰ ਇੱਕ ਆਹ ਬੋਲੂ ਫਿਰ ਤੇ ਲੱਗ ਗਿਆ ਦੀਵਾਨ ਉਹਨੇ ਕਹਿਣਾ ਮੈਂ ਗਲਾ ਘੁਮਾਉਣਾ ਤਾਰੀ ਦੇ ਮੈਂ ਪਿੱਛੇ ਨਾ ਰਹਿ ਜਾ ਕਿਤੇ ਢੋਲਕੀ ਵਾਲਾ ਆਪਣੇ ਤੋੜੇ ਠੋਕੀ ਜਾਣੇ ਨੇ ਚਿਮਟਿਆਂ ਵਾਲਿਆਂ ਨੇ ਆਪਣਾ ਦੱਬੀ ਜਾਣਾ ਘੋੜਾ ਵੀ ਸਾਡੀ ਤਾਂ ਵਾਰੀ ਕੋਈ ਨਹੀਂ ਆਈ ਮਤਲਬ ਫਿਰ ਤੇ ਲੱਗ ਗਿਆ ਦੀਵਾਨ ਉਹ ਤੇ ਇੱਕ ਪਲੈਨਿੰਗ ਹੈ ਫਿਰ ਚੱਲ ਤੂੰ ਆਹ ਕਰ ਬਈ ਹੁਣ ਤੂੰ ਆਹ ਕਰ ਤੂੰ ਆਹ ਕਰ ਤੂੰ ਆਹ ਕਰ ਸਾਰਿਆਂ ਨੂੰ ਇਕੱਲਾ ਇਕੱਲਾ ਕਰ ਦਿਓ ਫਿਰ ਤੇ ਹੋ ਗਿਆ ਇਕੱਲੀ ਢੋਲਕੀ ਵਧੀਆ ਲੱਗਦੀ ਹੈ ਨਾ ਇਕੱਲਾ ਕੀਬੋਰਡ ਵਧੀਆ ਲੱਗੇ ਇਕੱਲਾ ਇਕੱਲਾ ਹੋ ਗਿਆ ਜੀ ਅਸਲ ਚ ਨਾ ਜਿਹੜੀ ਨਾ ਕਿਹੜਾ ਰੋਲ ਕਿੱਦਾਂ ਪਲੇ ਕਰਨਾ ਜ਼ਿੰਦਗੀ ਦੇ ਵਿੱਚ ਉਹ ਇੱਕ ਉਹਨੂੰ ਬਣਾਉਣਾ ਉਹ ਕਰਨਾ ਪੈਂਦਾ ਹੈ ਤੇ ਸੁਣੋ ਇੱਕ ਗੱਲ ਧਿਆਨ ਸਾਡੀ ਜ਼ਿੰਦਗੀ ਹੈ ਨਾ ਜਿਹੜੀ ਜ਼ਿੰਦਗੀ ਅਸੀਂ ਫਿਲਮਾਂ ਦੇ ਡਾਇਰੈਕਟਰ ਨਹੀਂ ਹਾਂ ਪਰ ਆਪਣੀ ਜ਼ਿੰਦਗੀ 'ਚ ਐਕਟ ਤੇ ਅਸੀਂ ਐਕਟਿੰਗ ਤੇ ਕਰ ਹੀ ਰਹੇ ਹਾਂ ਨਾ ਕੋਈ ਰੋਲ ਤੇ ਮਿਲਿਆ ਪਿਓ ਦਾ ਰੋਲ ਨਹੀਂ ਮਿਲਿਆ ਪਤੀ ਦਾ ਰੋਲ ਨਹੀਂ ਮਿਲਿਆ ਪੁੱਤ ਦਾ ਰੋਲ ਨਹੀਂ ਵੀ ਪਲੇ ਕਰ ਰੋਲ ਕਰ ਪੂਰਾ ਟੀਚਰ ਦਾ ਰੋਲ ਮਿਲਿਆ ਕਿਸੇ ਨੂੰ ਵਿਦਿਆਰਥੀ ਦਾ ਰੋਲ ਮਿਲਿਆ ਕਿਸੇ ਨੂੰ ਮੁੱਖ ਮੰਤਰੀ ਦਾ ਮਿਲਿਆ ਕਿਸੇ ਨੂੰ ਭਿਖਾਰੀ ਦਾ ਮਿਲਿਆ ਰੋਲ ਮਿਲਿਆ ਇਹਨੂੰ ਪਲੇ ਕਰਨਾ ਹੈ ਪਰ ਆਪਣੀ ਜ਼ਿੰਦਗੀ ਦੇ ਐਕਟਰ ਵੀ ਬਣਨਾ ਤੇ ਡਾਇਰੈਕਟਰ ਵੀ ਬਣਨਾ ਜੇ ਨਾ ਬਣੋਗੇ ਤੇ ਕੋਈ ਬਣ ਜੂ ਤੇ ਜ਼ਿੰਦਗੀ ਦੀ ਜਿਹੜੀ ਹੈ ਨਾ ਜ਼ਿੰਦਗੀ ਇੱਕ ਫਿਲਮ ਵਰਗੀ ਹੈ ਤੇ ਇਹ ਗੱਲ ਦੱਸੋ ਮੈਨੂੰ ਸੋਚ ਕੇ ਦੱਸੋ ਵੀ ਫਿਲਮ ਆਈ ਹੈ ਇੱਕ ਇੱਕ ਟੱਬਰ ਹੈ ਹੱਸਦਾ ਹੈ ਖੇਡਦਾ ਹੈ ਰੋਟੀ ਖਾਂਦਾ ਹੈ ਫਿਰ ਸੌਂ ਜਾਂਦੇ ਨੇ ਫਿਰ ਸਵੇਰੇ ਉੱਠਦੇ ਨੇ ਫਿਰ ਹੱਸਦੇ ਖੇਡਦੇ ਨੇ ਘੁੰਮਣ ਜਾਂਦੇ ਨੇ ਫਿਰ ਹੱਸਦੇ ਨੇ ਸੌਂ ਜਾਂਦੇ ਨੇ ਤੁਸੀਂ ਦੱਸੋ ਵੀ ਜੇ ਵਿਲਨ ਹੋਵੇ ਹੀ ਨਾ ਵਿੱਚ ਉਹਦੀ ਵੈਲਿਊ ਫਿਲਮ ਦੀ ਹੈ ਕੋਈ ਜੇ ਵਿਲਨ ਹੀ ਨਾ ਹੋਵੇ ਗੁੰਡਾ ਨਾ ਹੋਵੇ ਜੇ ਮਤਲਬ ਕੋਈ ਆਵੇ ਕੋਈ ਐਕਸੀਡੈਂਟ ਹੋਵੇ ਕੋਈ ਇੱਕ ਅੱਧਾ ਜੀਅ ਮਰ ਗਿਆ ਕੋਈ ਪ੍ਰੋਬਲਮ ਪੈ ਗਈ ਹੈ ਕੋਈ ਪੰਗਾ ਪੈ ਗਿਆ ਕੋਈ ਟੱਬਰ ਨੂੰ ਮਾਰਨਾ ਚਾਹੁੰਦਾ ਹੈ ਕੋਈ ਮੁਖੀ ਨੂੰ ਮਾਰਨਾ ਚਾਹੁੰਦਾ ਹੈ ਕੋਈ ਬੱਚੇ ਨੂੰ ਕਿਡਨੈਪ ਕਰਦਾ ਉਹਦੇ ਵਿੱਚ ਕੋਈ ਪੰਗਾ ਪੈਂਦਾ ਫਿਰ ਉਹ 2 ਘੰਟੇ ਇੰਟਰਸਟ ਬਣਦਾ ਤੇ ਅਖੀਰ ਨੂੰ ਹੀਰੋ ਜਿੱਤਦਾ ਤੇ ਵਿਲਨ ਹਾਰਦਾ ਜੇ ਉਹ ਹੋਵੇ ਨਾ ਤੇ ਪਿਕਚਰ ਕਾਹਦੀ ਹੈ ਔਰੰਗਜ਼ੇਬ ਵਰਗਾ ਵਿਲਨ ਨਾ ਹੋਵੇ ਤੇ ਕਲਗੀਆਂ ਵਾਲੇ ਵਰਗਾ ਅਸਲੀ ਹੀਰੋ ਨਾ ਹੋਵੇ ਤੇ ਪਿਕਚਰ ਕਾਹਦੀ ਹੈ ਫਿਰ ਵਜੀਦਾ ਨਾ ਹੋਇਆ ਤੇ ਕਿੱਦਾਂ ਗੱਲ ਬਣਦੀ ਇਹਨਾਂ ਇਹਨਾਂ ਦੁੱਖਾਂ ਕਰਕੇ ਉਹਨਾਂ ਦੀਆਂ ਤਕਲੀਫਾਂ ਕਰਕੇ ਤੇ ਇੱਕ ਬਣਿਆ ਇਤਿਹਾਸ ਇਤਿਹਾਸ ਵਿੱਚ ਵੀ ਕੁਝ ਹੀਰੋ ਹੁੰਦੇ ਆ ਕੁਝ ਵਿਲਨ ਹੁੰਦੇ ਆ ਗੁੰਡੇ ਹੁੰਦੇ ਆ ਕੁਝ ਗਲਤ ਹੈ ਕੁਝ ਠੀਕ ਇਤਿਹਾਸ ਵੀ ਇਹੀ ਬਣਦਾ ਇਤਿਹਾਸ ਜਦੋਂ ਸੁਣਾਇਆ ਜਾਂਦਾ ਗਾਇਆ ਜਾਂਦਾ ਲਿਖਿਆ ਜਾਂਦਾ ਉਹ ਵੀ ਇੱਕ ਫਿਲਮ ਹੈ ਇੱਕ ਮੂਵੀ ਹੈ ਉਹ ਅਸਲੀ ਹੁੰਦੀ ਹੈ ਇਹ ਕਲਪਨਾ ਹੁੰਦੀ ਹੈ ਇਹ ਬਣਾਈ ਗਈ ਹੈ ਕਾਲਪਨਿਕ ਪਾਤਰ ਹੁੰਦੇ ਆ ਉਹ ਅਸਲੀ ਪਾਤਰ ਸੀ ਅਸਲੀ ਹੀਰੋ ਪਰ ਚੇਤਾ ਰੱਖਿਓ ਜ਼ਿੰਦਗੀ ਦੇ ਵਿੱਚ ਜਿਹੜੇ ਵੀ ਬੰਦੇ ਚੱਲਣਾ ਚਾਹੁੰਦੇ ਆ ਉਹ ਚਾਹੁੰਦੇ ਆ ਕਿ ਅਸੀਂ ਚੰਗੀ ਜ਼ਿੰਦਗੀ ਜੀਣੀ ਹੈ ਜੇ ਚੰਗੀ ਜ਼ਿੰਦਗੀ ਜੀਣੀ ਹੈ ਤੇ ਫਿਰ ਵਿਲਨਾਂ ਦਾ ਸਾਹਮਣਾ ਵੀ ਕਰਨਾ ਪੈਣਾ ਕੋਈ ਨਾ ਕੋਈ ਵਿਲਨ ਵੀ ਆਊ ਤੇ ਜਿਸ ਫਿਲਮ ਦੇ ਵਿੱਚ ਮੰਨ ਲਓ ਇੱਕ ਵਿਲਨ ਆ ਗਿਆ ਫਿਰ ਉਹ ਮਸਾਂ ਨਿਬੜਿਆ ਫਿਰ ਦੂਜਾ ਆ ਗਿਆ ਉਹਦਾ ਖਹਿੜਾ ਮਸਾਂ ਛੁੱਟਿਆ ਫਿਰ ਤੀਜਾ ਆ ਗਿਆ ਉਹ ਵਿਲਨ ਨਾਲੋਂ ਨਿਬੜਿਆ ਮਸਾਂ ਫਿਰ ਚੌਥਾ ਆ ਗਿਆ ਜਿੰਨੇ ਵਿਲਨ ਜ਼ਿਆਦਾ ਹੋਣ ਓਨਾ ਹੀ ਇੰਟਰਸਟ ਵਧੀ ਜਾਂਦਾ ਹੈ ਕਿ ਨਹੀਂ ਇਹ ਸਮਝਣ ਵਾਲੀ ਗੱਲ ਹੈ ਜਿਹੜਾ ਨਾ ਇਹ ਧੱਕਿਆਂ ਨੂੰ ਝੱਲਦਾ ਪ੍ਰੋਬਲਮਾਂ ਨੂੰ ਝੱਲਦਾ ਫੇਸ ਕਰਦਾ ਦੁੱਖਾਂ ਦਾ ਸਾਹਮਣਾ ਕਰਦਾ ਖੜ ਜਾਂਦਾ ਅੱਗੇ ਉਹ ਫਿਰ ਗੱਲ ਬਣਦੀ ਇਤਿਹਾਸ ਬਣਦਾ
ਤੇ ਸਾਡੀ ਜਿਹੜੀ ਜ਼ਿੰਦਗੀ ਹੈ ਇਹਦੇ ਵਿੱਚ ਸਾਨੂੰ ਸਾਡੀ ਜ਼ਿੰਦਗੀ ਇੱਕ ਫਿਲਮ ਵਰਗੀ ਹੈ ਇਹਦੇ ਵਿੱਚ ਸਾਨੂੰ ਆਪਣੇ ਫੈਸਲੇ ਕਰਨੇ ਪੈਣਗੇ ਕਰਨਾ ਪੈਣਾ ਕਾਇਮ ਹੋਣਾ ਪੈਣਾ ਫਿਰ ਉਹਦੇ ਵਿੱਚ ਮੁਸ਼ਕਲਾਂ ਵੀ ਆਉਣੀਆਂ ਪ੍ਰੋਬਲਮਾਂ ਵੀ ਆਉਣੀਆਂ ਦੁੱਖ ਵੀ ਆਉਣੇ ਆ ਤਕਲੀਫਾਂ ਵੀ ਆਉਣੀਆਂ ਸਭ ਕੁਝ ਆਉਣਾ ਉਹਨੂੰ ਅਸੀਂ ਫੇਸ ਕਰਨਾ ਖੜਨਾ ਹੈ ਉਹਦੇ ਅੱਗੇ ਦੁੱਖ ਨਹੀਂ ਕਿਧਰੇ ਖੜ ਸਕਦਾ ਬਸ ਜੇ ਅਸੀਂ ਖੜ ਗਏ ਫਿਰ ਦੁੱਖ ਨਹੀਂ ਖੜਦਾ ਸਾਡਾ ਰਿਮੋਟ ਸਾਡੇ ਹੱਥ ਹੋਣਾ ਚਾਹੀਦਾ ਵੀ ਮੈਨੂੰ ਆਹ ਬੰਦਾ ਦੁਖੀ ਕਰਦਾ ਹੈ ਅੱਛਾ ਆਹ ਬੰਦਾ ਮਿਲੂ ਤੇ ਸੁਖੀ ਕਰੂ ਆਹ ਮਿਲੂ ਤੇ ਦੁਖੀ ਕਰੂ ਇਹਦਾ ਮਤਲਬ ਡਿਪੈਂਡ ਹੋ ਗਿਆ ਉਹ ਦੁਖੀ ਕਰ ਦੂ ਉਹ ਸੁਖੀ ਕਰ ਦੂ ਅਗਲੇ ਨੂੰ ਪਤਾ ਲੱਗ ਜਾਣਾ ਵੀ ਇਹ ਮੇਰੇ ਦੁੱਖ ਨਾਲ ਦੁਖੀ ਹੁੰਦਾ ਜਦੋਂ ਜੀ ਕਰੂ ਰਿਮੋਟ ਉਹਦੇ ਹੱਥ 'ਚ ਹੈ ਹੁਣ ਦੇ ਦਿੱਤਾ ਸੀ ਉਹਨੇ ਉਹਦੀ ਬੋਲੀ ਜੀ ਮਾਰ ਦੇਣੀ ਉਹਨੇ ਟੁੰਚ ਮਾਰ ਦੇਣੀ ਹੈ ਕਿਵੇਂ ਆ ਫਿਰ ਐ ਟੁੰਚ ਮਾਰੀ ਨਹੀਂ ਤੇ ਆਪਣਾ ਮੂਡ ਆਫ ਸਾਰਾ ਦਿਨ ਗਿਆ ਇੱਕ ਦਿਨ ਮਤਲਬ ਇੱਕ ਬੰਦੇ ਦੇ ਹੱਥ ਆਪਣਾ ਰਿਮੋਟ ਫੜਾਤਾ ਲੈ ਦੱਸ ਉਹ ਜਾਂਦਾ ਜਾਂਦਾ ਉਹ ਘਰ ਟੋਰ ਨਾਲ ਸੌਂ ਗਿਆ ਹੋਵੇ ਸਾਡਾ ਸੱਤਿਆਨਾਸ਼ ਆਪਣੇ ਰਿਮੋਟ ਕਿਸੇ ਹੱਥ ਕਿਉਂ ਫੜਾਈਏ ਆਪਣੀ ਜ਼ਿੰਦਗੀ ਸਾਡੇ ਹੱਥ ਹੈ ਅਸੀਂ ਆਪਣਾ ਦਿਨ ਤੇ ਇਹ ਗੱਲ ਚੇਤਾ ਰੱਖਣ ਵਾਲੀ ਹੈ ਜ਼ਿੰਦਗੀ ਦੀ ਪਲੈਨਿੰਗ ਕਰਨ ਵਾਲੇ ਬੰਦੇ ਨੂੰ ਦਿਨ ਦੀ ਪਲੈਨਿੰਗ ਕਰਨੀ ਪੈਣੀ ਹੈ ਜਿਹਨੇ ਦਿਨ ਦੀ ਪਲੈਨਿੰਗ ਕਰਨੀ ਘੰਟੇ ਦੀ ਪਲੈਨਿੰਗ ਕਰੇ ਆਪਣੇ ਦੀ ਇੱਕ ਘੰਟਾ ਮੇਰਾ ਖਰਾਬ ਨਾ ਹੋਵੇ ਜਿਹਨੂੰ ਮਿੰਟਾਂ ਦੀ ਸਕਿੰਟਾਂ ਦੀ ਮਿੰਟਾਂ ਦੀ ਘੰਟਿਆਂ ਦੀ ਪਲੈਨਿੰਗ ਕਰਨੀ ਆਉਂਦੀ ਹੈ ਦਿਨਾਂ ਦੀ ਪਲੈਨਿੰਗ ਕਰਨੀ ਆਉਂਦੀ ਹੈ ਹਫ਼ਤਿਆਂ ਦੀ ਕਰਨੀ ਆਉਂਦੀ ਹੈ ਮਹੀਨਿਆਂ ਦੀ ਕਰਨੀ ਆਉਂਦੀ ਹੈ ਉਹੀ ਜ਼ਿੰਦਗੀ ਦੀ ਪਲੈਨਿੰਗ ਕਰ ਸਕਦਾ ਹੈ ਆਪਣੀ ਲਾਈਫ ਦੀ ਪਲੈਨਿੰਗ ਉਹ ਬੰਦੇ ਕਰ ਸਕਦੇ ਆ ਸਾਡੇ ਤੇ ਜੇ ਦੁੱਖ ਹੈ ਅੱਜ ਸਾਰਾ ਦਿਨ ਦੁਖੀ ਹੈ ਅੱਜ ਖੁਸ਼ ਹਾਂ ਅੱਜ ਪਰੇਸ਼ਾਨ ਅੱਜ ਖੁਸ਼ ਹਾਂ ਅਪ ਡਾਊਨ ਕਭੂ ਜੀੜਾ ਉਭ ਚੜਦਾ ਹੈ ਕਭੂ ਜਾਏ ਪਿਆਲੇ ਖੁਸ਼ੀ ਗਮੀ ਖੁਸ਼ੀ ਗਮੀ ਖੁਸ਼ੀ ਗਮੀ ਲੈ ਕਦੇ ਇਹਦੇ ਤੇ ਖੁਸ਼ੀ 'ਚ ਆ ਗਏ ਕਦੇ ਮਹਾਰਾਜ ਕਹਿੰਦੇ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਆ ਜਿਹੜਾ ਸ਼ਬਦ ਆ ਪੰਗਾਇਆ ਇਹਦੇ ਵਿੱਚ ਵੀ ਇਹੀ ਲਾਸਟ ਆ ਪੰਗਤੀਆਂ ਪਹਿਲਾਂ ਆ ਸ਼ਬਦ ਗਾ ਦਿਓ ਜੀਵਨ ਮੁਕਤ ਮਤਲਬ ਦੁੱਖ ਤੋਂ ਵੀ ਮੁਕਤ ਸੁੱਖ ਤੋਂ ਵੀ ਮੁਕਤ ਮੁਕਤ ਬੇਪਰਵਾਹ ਕੋਈ ਪਰਵਾਹ ਨਹੀਂ ਇਹ ਖੜਨ ਵਾਲਿਆਂ ਦੀ ਗੱਲ ਹੈ ਜੀਵਨ ਮੁਕਤ ਹਾਂ ਹਾਂਜੀ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਹਿ ਨਹੀਂ ਬਿਯੋਗ ਇਹ ਹੈ ਆਪਣਾ ਰਿਮੋਟ ਆਪਣੇ ਹੱਥ ਹੈ ਸਦਾ ਆਨੰਦ ਹਰਖ ਸੋਗ ਦਾ ਕੋਈ ਅਸਰ ਨਹੀਂ ਇਹ ਉਹ ਉਹਨਾਂ ਦੀ ਗੱਲ ਹੈ ਜਿਹੜੇ ਬੰਦਿਆਂ ਦਾ ਰਿਮੋਟ ਆਪਣੇ ਹੱਥ ਹੋਇਆ ਆਪਣਾ ਕੰਟਰੋਲ ਆਪਣੇ ਹੱਥ ਹੋਇਆ ਜੀਵਨ ਮੁਕਤ ਹੋ ਗਿਆ ਮੁਕਤ ਹੁੰਦਾ ਨਹੀਂ ਮੁਕਤ ਆਪਣੇ ਆਪ ਨੂੰ ਇਹਨਾਂ ਦੋਨਾਂ ਚੀਜ਼ਾਂ ਤੋਂ ਕਰਨਾ ਪੈਂਦਾ ਹੈ ਦੁੱਖ ਤੇ ਸੁੱਖ ਤੋਂ ਮੁਕਤ ਕਰਨਾ ਪੈਂਦਾ ਉਸਤਤ ਤੇ ਨਿੰਦਿਆ ਤੋਂ ਮੁਕਤ ਕਰਨਾ ਪੈਂਦਾ 10 ਬੰਦੇ ਸਿਫਤ ਕਰ ਰਹੇ ਆ ਕੋਈ ਪਰਵਾਹ ਨਹੀਂ ਇਹ ਛੱਡ ਯਾਰ 10 ਬੰਦੇ ਵਿਰੁੱਧ ਬੋਲ ਰਹੇ ਆ ਕੋਈ ਪਰਵਾਹ ਨਹੀਂ ਮਤਲਬ ਮੁਕਤ ਉਹ ਹੈ ਹੁੰਦਾ ਨਹੀਂ ਆਪਣੇ ਆਪ ਨੂੰ ਮੁਕਤ ਕਰਨਾ ਪੈਂਦਾ ਹੈ ਇਹ ਉਹ ਸੰਗਲ ਹੈ ਜਿਹੜੇ ਆਪ ਖੋਲਣੇ ਪੈਂਦੇ ਆ ਇਹ ਉਹ ਜਿੰਦਰੇ ਆ ਜਿਹੜੇ ਆਪ ਖੋਲਣੇ ਪੈਂਦੇ ਕੋਈ ਨਹੀਂ ਖੋਲਦਾ ਕੋਈ ਨਹੀਂ ਜਿੰਦਰੇ ਖੋਲਦਾ ਕੋਈ ਕਿਸੇ ਨੂੰ ਮੁਕਤ ਨਹੀਂ ਕਰਦਾ ਮੁਕਤ ਸਾਨੂੰ ਅਕਲ ਲੈ ਕੇ ਆਪਣੇ ਆਪ ਹੋਣਾ ਪੈਣਾ ਹੈ ਚਾਬੀ ਗਿਆਨ ਦੀ ਲੱਗਦੀ ਹੈ ਗਿਆਨ ਦੀ ਚਾਬੀ ਲੈ ਕੇ ਸਮਝ ਦੀ ਚਾਬੀ ਲੈ ਕੇ ਆਪਣੇ ਆਪ ਇਹ ਜਿਹੜੇ ਬੰਧਨ ਨੇ ਇਹਨਾਂ ਤੋਂ ਛੁਟਕਾਰਾ ਆਪ ਪਾਉਣਾ ਪੈਣਾ ਹੈ ਵੀ ਮੈਂ ਕਾਇਮ ਰਹਿਣਾ ਸਦਾ ਆਨੰਦ ਰਹਿਣਾ ਇਹ ਕਹਿਣਾ ਪੈਣਾ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸੱਚਾ ਅਕਲ ਹੈ ਸਮਝ ਹੈ ਤੂੰ ਜੋ ਮਰਜ਼ੀ ਕਰ ਲੈ ਦੁਖੀ ਕਰਕੇ ਵਿਖਾ ਕਰ ਲੈ ਕੀ ਕਰਦਾ ਦੁਖੀ ਤੂੰ ਕੀ ਕਰ ਸਕਦਾ ਮੰਨ ਲਓ ਕੀ ਕਰਦੇ ਨੇ ਗੁਰੂ ਗੋਬਿੰਦ ਸਿੰਘ ਕਹਿੰਦੇ ਤੂੰ ਯਾਰ ਆਨੰਦਪੁਰ ਚੱਲ ਛੱਡਾ ਛੱਡਿਆ ਹੁਣ ਕਰ ਲਿਆ ਦੁਖੀ ਸਰਸਾ ਦੇ ਕੰਨੇ ਕਹਿੰਦੇ ਹੁਣ ਮੈਂ ਰੋ ਪਿਆ ਹੋ ਗਿਆ ਦੁਖੀ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਕਹਿੰਦੇ ਹੋ ਗਿਆ ਮੈਂ ਦੁਖੀ ਨੰਗੇ ਪੈਰੀ ਤੁਰਿਆ ਜਾਂਦਾ ਕਰ ਲਿਆ ਦੁਖੀ ਵੇਖ ਲੈ ਗੱਲ ਕਰਕੇ ਮੈਂ ਫਿਰ ਵੀ ਕਾਇਮ ਤੇ ਕੰਡਿਆਂ ਤੇ ਪਾ ਲਿਆ ਤੈਂ ਹੁਣ ਮੈਂ ਹੋ ਗਿਆ ਦੁਖੀ ਬੱਚੇ ਸ਼ਹੀਦ ਕਰਤੇ ਕਰ ਲਿਆ ਦੁਖੀ
ਕਿਹੜਾ ਤੁਸੀਂ ਕੀ ਤੁਸੀਂ ਕਰ ਲੋਗੇ ਤੁਸੀਂ ਆਪਣੇ ਆਪ ਨੂੰ ਮੁਕਤ ਕਰ ਲਿਆ ਸਿਫਤ ਤੋਂ ਵੀ ਤੇ ਨਿੰਦਿਆ ਤੋਂ ਵੀ ਉਸਤਤ ਤੋਂ ਵੀ ਨਿੰਦਿਆ ਤੋਂ ਵੀ ਹਰਖ ਤੋਂ ਵੀ ਸੋਗ ਤੋਂ ਆਪਣੇ ਆਪ ਨੂੰ ਬਾਹਰ ਕੱਢ ਲਿਆ ਉਹ ਸਿਚੁਏਸ਼ਨ ਤੋਂ ਕਿਸੇ ਦੇ ਹੱਥ ਰਿਮੋਟ ਨਹੀਂ ਕਿਉਂ ਤੂੰ ਦੁਖੀ ਕਰੇਗਾ ਤੂੰ ਸੁਖੀ ਕਰੇਗਾ ਮੈਂ ਡਿਪੈਂਡ ਥੋੜਾ ਤੇਰੇ ਤੇ ਅਸੀਂ ਕਿਸੇ ਤੇ ਡਿਪੈਂਡ ਥੋੜਾ ਕਿ ਮੇਰੀਆਂ ਖੁਸ਼ੀਆਂ ਕਿਸੇ ਤੇ ਡਿਪੈਂਡ ਕਿਵੇਂ ਹੋ ਗਈਆਂ ਮੇਰੀ ਖੁਸ਼ੀ ਕਿਸੇ ਤੇ ਡਿਪੈਂਡ ਕਿਵੇਂ ਹੈ ਮੇਰੀ ਖੁਸ਼ੀ ਮੇਰੇ ਨਾਲ ਹੈ ਇਹ ਸੋਚਣਾ ਪੈਣਾ ਸਮਝਣਾ ਪੈਣਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਤੇ ਅਸੀਂ ਉਹਨਾਂ ਦੇ ਸਿੱਖ ਇਤਿਹਾਸ ਸਾਡਾ ਗਵਾਹ ਹੈ ਅਸੀਂ ਕਹਿੰਦੇ ਆਨੰਦਪੁਰ ਮਾਛੀਵੜ ਦੇ ਜੰਗਲ 'ਚ ਜਾ ਕੇ ਵੀ ਹੱਸਦੇ ਸੀ ਕੰਡਿਆਂ 'ਤੇ ਵੀ ਹੱਸਦੇ ਸੀ ਇਹੀ ਹੈ ਵੀ ਬੰਦਾ ਨਾ ਫਸੇ ਨਾ ਪੰਗੇ ਪੈਂਦੇ ਆ ਯਾਰ ਕਦੇ ਰੋਟੀ ਸੜੀ ਮਿਲ ਜਾਂਦੀ ਹੈ ਕਦੇ ਨਮਕ ਘੱਟ ਮਿਲ ਜਾਂਦਾ ਕਦੇ ਵੱਧ ਵੀ ਪੈ ਜਾਂਦਾ ਕਦੇ ਕੱਚਾ ਵੀ ਮਿਲਦਾ ਕਦੇ ਪੱਕਾ ਮਿਲਦਾ ਕਦੇ ਜ਼ਿਆਦਾ ਵੀ ਸੜ ਜਾਂਦਾ ਕਦੇ ਥੋੜਾ ਵੀ ਕੰਮ ਹੁੰਦਾ ਕਦੇ ਜ਼ਿਆਦਾ ਵੀ ਕੰਮ ਹੁੰਦਾ ਚੇਤਾ ਰੱਖਿਓ 50,000 ਦਾ ਇਕੱਠ ਵੀ ਹੋਊ ਤੇ 5 ਦਾ ਵੀ ਹੋਊ ਤੁਹਾਨੂੰ ਵੇਖਣਾ ਪੈਣਾ ਸਿਚੁਏਸ਼ਨ ਤੇ ਬਦਲਦੀ ਰਹਿੰਦੀ ਜੇ ਤੁਸੀਂ ਨਾ ਬਦਲੋਗੇ ਤੇ ਤੰਗ ਹੋਵਾਂਗੇ ਹਾਲਾਤ ਤੇ ਬਦਲਣਗੇ